ਦਿਲ ਬੋਲਦਾ ਜਦੋਂ ਕਦਮ ਉਠਾਉਂਦਾ ਏ, ਮਿੱਠੀ ਮਿੱਠੀ ਅੱਗ ਮੇਰੀ ਸੀਨੇ ਵਿੱਚ ਲਾਉਂਦਾ ਏ। ਮੇਰਾ ਬਾਈ ਸੋਨਾ ਮਨ ਠਾਰ ਪਿੰਡੀ ਦਾ, ਮੇਰਾ ਯਾਰ ਪਿੰਡੀ ਦਾ, ਦਿਲਦਾਰ ਪਿੰਡੀ ਦਾ, ਆਸੇ ਉਹਦੀ ਬੋਲੀਆਂ ਦੇ ਜ਼ਰਾ ਵੀ ਨਹੀਂ ਭੁੱਲਦੇ। ਗੱਲ ਜਦੋਂ ਕਰਦਾ ਤਾਂ ਮੋਤੀ ਪੈ ਡੁੱਲਦੇ, ਸੋਹਣਾ ਜਦੋਂ ਕਰਦਾ ਸਰਕਾਰ ਪਿੰਡੀ ਦਾ, ਮੇਰਾ ਯਾਰ ਪਿੰਡੀ ਦਾ, ਦਿਲਦਾਰ ਪਿੰਡੀ ਦਾ, ਨਸ਼ਾ ਨਸ਼ਾ ਚਾਰ ਵੇਲੇ ਰਹਿੰਦਾ ਏ, ਨਸ਼ਾ ਉਹਦੀ ਅੱਖੀਆਂ ਚਾਰ ਵੇਲੇ ਰਹਿੰਦਾ ਏ, ਕੱਜਲਾ ਵੀ ਅੱਖੀਆਂ ਨਾਲ ਗੱਲ ਕਹਿੰਦਾ ਏ, ਨਸ਼ੇ ਵਿੱਚ ਰਹਿੰਦਾ ਬਖਾਰ ਪਿੰਡੀ ਦਾ, ਮੇਰਾ ਯਾਰ ਪਿੰਡੀ ਦਾ, ਦਿਲਦਾਰ ਪਿੰਡੀ ਦਾ। ਉਹ ਕੇ ਪਿਤਾ ਬਗਾ ਮਸੀਹੇ ਨਾਲ ਲਾ ਲਏ, ਪਹਾੜ ਮਸੀਹ ਮਸਾ ਗਮਾਂ ਵਾਲੇ ਚਾਹ ਲਏ, ਆਵੇਗਾ ਬਵੰਡੇਗਾ ਬਖਾਰ ਪਿੰਡੀ ਦਾ, ਮੇਰਾ ਯਾਰ ਪਿੰਡੀ ਦਾ, ਦਿਲਦਾਰ ਪਿੰਡੀ ਦਾ। ਮਲਕ ਜਬੀਰ ਸ਼ੇਰ ਸਾਹਿਬ ਜਿੰਦਾਬਾਦ। ਬਿਸਮਿਲਾ ਦੋਸਤੋ, ਇੱਕ ਵਾਰੀ ਪੁਰਜ਼ੋਰ ਤਾੜੀ ਹੋਣੀ ਚਾਹੀਦੀ। ਇਸ ਬਜ਼ਮ ਵਿੱਚ ਮੌਜੂਦ ਮੇਰੇ ਬਹੁਤ ਪਿਆਰੇ ਦੋਸਤ, ਵਾਲੇਕੁਮ ਅਸਲਾਮ ਜੀ ਸਾਰਿਆਂ ਦਾ, ਬੋਲ ਰਹੇ ਮਲਕ ਲਤੀਫ ਸਾਹਿਬ ਔਰ ਮਲਕ ਅਨੀਫ ਸਾਹਿਬ ਅਲ ਮਾਰੂਫ ਸ਼ਾਦਾ। ਦੋ ਸ਼ੇਰਾਂ ਦੀ ਨਾ ਫਰਮਾਇਸ਼ ਕੀਤੀ, ਇਹਨਾਂ ਦੀ ਨਜ਼ਰ ਕਰਸਾਂ ਔਰ ਬਿਲਖਸੂਸ ਸਕਾਫਤ ਪਠਵਾਰ ਚੈਨਲ ਅਬਦੁਲ ਰਹਿਮਾਨ ਮਰਦਾਨਾ ਕੇ ਐਮ ਸੌਂਗ ਮੇਰੇ ਭਾਈ ਕਮਰਾਨ ਗਿਆਨੀ ਸਾਹਿਬ ਕਿ ਰੱਬ ਰਸੂਲ ਨੂੰ ਯਾਦ ਕਰਕੇ, ਰੱਬ ਰਸੂਲ ਨੂੰ ਯਾਦ ਕਰਕੇ ਹਰ ਬਜ਼ਮ ਵਿੱਚ ਆਉਂਦੀ ਇਬਤਦਾ ਮੇਰੀ, ਮੈਨੂੰ ਖੌਫ ਨਾ ਫਸ ਕਫਾ ਜਿਹਨਾਂ ਦਾ, ਕਰਦੀ ਮਾਂ ਨਿਦਰੇ ਦੀ ਦੁਆ ਮੇਰੀ, ਉੱਤੇ ਰੱਬ ਦੀ ਜ਼ਾਤ ਯਕੀਨ ਮੇਰਾ, ਔਰ ਮਾਲਕ ਕਰਮ ਕਰਸੀ ਇਹ ਅੱਛਾ ਮੇਰੀ। ਮਲਕ ਸਾਹਿਬ ਨਯਾ ਰਾਜ ਕੇ ਵੈਰੀ ਹੈ ਦੌਰ ਜੋ ਸ਼ਿਕੰਡ ਲਗਣ ਨਾ ਦਿੱਤੀ ਖੁਦਾ ਮੇਰੀ, ਤੇ ਕਰਮਾਂ ਵਾਲੇ ਦਾ ਰਿਹਾ ਇਹ ਕਰਮ ਮੈਂ ਤੇ ਦਿੱਤੀ ਹੋਣ ਨਾ ਜਿਸ ਰੁਸਵਾਈ ਮੇਰੀ, ਚੜ ਵਾਲਿਆਂ ਦਾ ਸ਼ੁਕਰੀਆ ਲੱਖ ਵਾਰੀ ਕੀਤੀ ਜਾਗ ਵਿੱਚ ਨਾ ਪਿੰਦਰਾਈ ਮੇਰੀ, ਤੇ ਮੈਨੂੰ ਖੌਫ ਕਿਹੜਾ ਉਹਨਾਂ ਫਾਸਕਾਂ ਦਾ, ਹਾਲਤ ਤੱਕ ਨਹੀਂ ਇਸ ਖੁਦਾਈ ਮੇਰੀ, ਰੱਬ ਬਖਸ਼ਿਆ ਔਰ ਅਰੂਪ ਜੋਸ਼ੀ ਮੈਰੀ ਸੋਚਦੇ ਰਹੇ ਦਵਾਈ ਮੇਰੀ, ਤੇ ਜਿਸ ਗੱਲ ਸੀ ਹੋਵੇ ਦਿਲਾਦਾਰੀ, ਜਿਸ ਗੱਲ ਸੀ ਹੋਵੇ ਇਹ ਦਿਲਾਦਾਰੀ, ਐਸੀ ਗੱਲ ਨੂੰ ਕਰਨਾ ਤਾਰੀਰ ਨਹੀਂ ਆ। ਹੋ ਕੰਗਲਾ ਮਾਇਆ ਅਫੀਰ ਬੇਸ਼ੱਕ, ਪੀਰੇ ਕਾਮਲ ਨੂੰ ਮੰਦਾ ਤੇ ਪੀਰ ਨਹੀਂ ਆ, ਤੇ ਗੁੰਜਾਲੀ ਸ਼ਕੰਦਰ ਫਸੀ ਜਾਨ ਮੇਰੀ, ਆਖੋ ਕਿਉਂ ਜੇ ਇਸ਼ਕੇ ਅਸੀਰ ਨਹੀਂ ਆ, ਜਾਨੀ ਕੀ ਜ਼ਿੰਦਾ ਮੇਰਾ ਜ਼ਮੀਰ ਨਿਆਜ਼ ਤੁਸੀਂ, ਬੇਸ਼ੱਕ ਹਾਂ ਗਰੀਬ ਬੇ ਜ਼ਮੀਰ ਨਹੀਂ ਆ। ਇੱਕ ਸ਼ੇਰ ਆਸਾ ਹੈ ਮੇਰੀ ਫਰਮਾਇਸ਼ ਉੱਪਰ ਮੈਂ ਗੁਜ਼ਾਰਿਸ਼ ਕਰਸਾਂ, ਰਾਜਾ ਨਵੀਦ ਅਨਿਯਮ ਜਾਨੀ ਸਾਹਿਬ ਜੀ ਨੇ ਖੂਬਸੂਰਤ ਮਹਿਫਲ ਸਜਾਈ, ਇੱਕ ਵਾਰੀ ਦੋਸਤੋ ਪੁਰਜ਼ੋਰ ਤਾੜੀ ਹੋਣੀ ਚਾਹੀਦੀ। ਰਾਜਾ ਨਵੀਦ ਅਨਿਯਮ ਜਾਨੀ ਸਾਹਿਬ, ਔਜ਼ੂ ਬਿਲਾਹਿ ਮਿਨ ਸ਼ੈਤਾਨ ਰਜੀਮ, ਬਿਸਮਿਲਲਾਹਿ ਰਹਿਮਾਨ ਰਹੀਮ। ਅਜ਼ੀਜ਼ ਦੋਸਤੋ ਸਾਥੀਓ, ਅਸਲਾਮੁ ਅਲੈਕੁਮ ਸਾਥੀਓ, ਇੱਕ ਬਲੀ ਨੇ ਦਰ ਨੇ ਹਾਜ਼ਰੀ ਹੈ ਜਿਹੜੀ ਮੈਂ ਬੜੀ ਖੁਸ਼ੀ ਨਾਲ ਕਬੂਲ ਕਰਨਾ। ਮੇਰੇ ਭਾਈ ਮੇਰੇ ਨਾਲ ਦੀਵਾਰ ਬਣ ਗਿਆ ਖਲਤੇ ਵਾਲਿਆਂ ਨੇ ਕੋਠਾ ਕਲਾਂ, ਉਹਨਾਂ ਨਾਲ ਮੈਂ ਬਹੁਤ ਮਸ਼ਹੂਰ ਹਾਂ। ਇੱਜ਼ਤ ਜ਼ਿਲਤ ਅੱਲਾ ਨੇ ਜ਼ਾਤ ਦੇ ਸਕਦੀ, ਕਿਸੇ ਬੰਦੇ ਨੇ ਬਸ ਨਹੀਂ ਗੱਲ ਨਹੀਂ ਕਿ ਕਿਸੇ ਕੀ ਉਹ ਇੱਜ਼ਤ ਦੇਵੇ ਜਾਂ ਕਿਸੇ ਕੀ ਉਹ ਜ਼ਲੀਲ ਕਰੇ, ਇਹ ਮੇਰੇ ਰੱਬ ਨੇ ਦੇਣਾ ਹੈ। ਅੱਲਾ ਜਿਸ ਕੀ ਦੇਵੇ ਕੋਈ ਬੰਦਾ ਉਸਨੂੰ ਘਟਾ ਨਹੀਂ ਸਕਣਾ, ਜਿਸ ਕੀ ਅੱਲਾ ਜ਼ਿਲਤ ਦੇਵੇ ਉਸਦੀ ਕੋਈ
ਕੋਈ ਬੰਦਾ ਵਧਾ ਨਹੀਂ ਸਕਦਾ, ਮੇਰਾ ਕੋਈ ਦਿਲ ਨਹੀਂ ਸਾ ਸ਼ੇਰ ਪੜਨਾ, ਲੇਕਿਨ ਯਾਰ ਜੋਸ਼ੀ ਸਾਹਿਬ ਔਰ ਮੇਰੇ ਭਾਈ ਸਕਾਫ ਦੇ ਪਠਵਾ ਚੈਨਲ ਅਬਦੁਲ ਰਹਿਮਾਨ ਦਰਦਾ ਵਾਲੇ, ਮੈਂ ਦਿਹਾੜੀ ਰਾਤੀ ਜਿੱਥਾ ਵੀ ਮੇਰਾ ਗੱਛਾ ਸੁਣਨਾ ਹੋਣਾ ਕਿ ਅਬਦੁਲ ਰਹਿਮਾਨ ਦਰਦਾ ਵਾਲਾ ਮਾੜੇ ਸ਼ੇਰ ਸੁਣਾਉਣਾ ਹੋਣਾ, ਇਵੇਂ ਮਸ਼ਹੂਰ ਹਾਂ ਇਸ ਭਾਈ ਨਾਲ ਸ਼ੇਰ ਇੱਕ ਹੀ ਸੁਣਾਸਾ ਕਿ ਸੁੱਖ ਦਾ ਸਹਾਰਾ ਲੈਣ ਦਿੱਤਾ। ਵਾਹ ਜਾਨੀ ਜੀ ਵਾਹ। ਮੇਰੇ ਬੜੇ ਭਾਈ ਰਾਜਾ ਅਮਜਦ ਮਹਿਮੂਦ ਦਾ ਟੱਕੀ, ਮੇਰੇ ਖਿਆਲ ਨਾਲ ਬਹੁਤ ਘੱਟ ਨਾ ਮੈਂ ਆਪਣਾ ਜਾਣੇ, ਲੇਕਿਨ ਮਹਿਫਲ ਵਿੱਚ ਮੌਜੂਦ ਹੈ ਰਾਏ ਸਾਹਿਬ, ਕਿ ਸੁੱਖ ਦਾ ਸਹਾਰਾ ਲੈਣ ਦਿੱਤਾ ਸਾਰੀ ਜ਼ਿੰਦਗੀ ਦਾ ਵੈਰ ਜਨਾਨ ਰੱਖੇ ਆਈ। ਵਾਹ ਵਾਹ। ਕਿਹੜੇ ਜੁਰਮ ਨੂੰ ਦਿੱਤੀ ਸਜ਼ਾ ਤੂੰ ਨੇ ਕਾਮ ਕਾਮ ਉੱਤੇ ਪਰੇਸ਼ਾਨ ਰੱਖੇ ਆਈ, ਨਾ ਤੂੰ ਦੱਸ ਖਾਦਾ ਅਲਤਜ਼ਾਰ ਉੱਤੇ ਪਲਕੇ ਕਾਸਦ ਤੂੰ ਉਤਰੇ ਰਵਾਨ ਰੱਖੇ ਆਈ, ਆਪੇ ਮਹਿਰਮ ਤੇ ਮੈਨੂੰ ਬਣਾ ਮੁਜਰਮ, ਚੰਗਾ ਜਾਣੀ ਨਾ ਮੈਂ ਜਾਣੀ ਕਰੀ ਤਾਂ ਰਵਾਨ ਰੱਖੇ ਆਈ। ਵਾਹ ਮਿਹਰਬਾਨੀ ਦੋਸਤਾ, ਵਾਹ ਮਾਸ਼ਾਅੱਲਾ। ਰਾਜਾ ਨਵੀਨ ਜਾਨੀ ਸਾਹਿਬ ਨੇ ਬਾਈ ਖੂਬਸੂਰਤ ਅੰਦਾਜ਼ ਨਾਲ ਹਾਜ਼ਰੀ ਲਵਾਈ, ਮੈਂ ਅੱਗੇ ਵੀ ਰਿਕੁਐਸਟ ਕੀਤੀ ਕਿ ਜਿਹੜੇ ਸਾਹਿਬਾਨ ਨੇ ਸਾਹਮਣੇ ਖਲਤੇ ਹੋ, ਇਹ ਵਲੀਏ ਕਾਮਲ ਨਾ ਵਿਹੜਾ ਆ ਵਲੀਏ ਕਾਮਲ ਦੀ ਮਹਿਫਲ ਜੀ, ਅਗਰ ਬਾਬਾ ਸਰਕਾਰ ਕੀ ਵਲੀਏ ਕਾਮਲ ਮੰਨੇ ਹੋ ਤਾਂ ਸਾਰੇ ਦੋਸਤ ਪੰਡਾਲ ਦੇ ਅੰਦਰ ਆ ਰਹੇ ਹੋ, ਬਾਰ ਬਾਰ ਐਲਾਨ ਕਰਨਾ ਕੋਈ ਅੱਛੀ ਗੱਲ ਨਹੀਂ ਹੋਣੀ, ਸੋ ਇੰਤਜ਼ਾਰ ਦੀਆਂ ਘੜੀਆਂ ਦੋਸਤੋ ਖਤਮ, ਇੱਕ ਵਾਰੀ ਪੁਰਜ਼ੋਰ ਲਹਿਰੇ ਨੇ ਜਵਾਬ ਦੇਣਾ, ਵਲੀ ਨੇ ਕਰਨੀ ਡਿਊਟੀ ਹੈ ਆਪਣੀ ਆਪਣੀ ਹਾਜ਼ਰੀ ਤੁਸੀਂ ਸਾਰਿਆਂ ਸਾਹਿਬਾਨਾਂ ਲਵਾਉਣੀ, ਨਾਰੇ ਤਕਬੀਰ ਮਾਸ਼ਾਅੱਲਾ, ਸੋਹਣੇ ਬੋਲਿਓ ਥੋੜਾ ਜਿਹਾ ਮੁਹੱਬਤ ਨਾਲ ਥੋੜਾ ਜਿਹਾ ਉੱਚਾ ਬੋਲਣਾ, ਨਾਰੇ ਰਿਸਾਲਤ ਮਾਸ਼ਾਅੱਲਾ, ਆਖਰੀ ਨਾਰਾ ਪਿਆਰ ਨਾਲ ਮੁਹੱਬਤ ਨਾਲ ਜਵਾਬ ਦਿਓ ਤਾਂ ਮੈਂ ਜਿਹੜਾ ਆ ਉਹ ਬਸ਼ੀਰ ਖਾਨਾ ਨੇ ਵਾਲਾ ਕਰਾਂ, ਨਾਰੇ ਹਾਜ਼ਰੀ ਬਿਸਮਿਲਾ ਜੀ। ਰੰਗਜੇਬ ਭਾਈ ਛੱਪਰ ਹੋਟਲ ਤੋਂ ਕੀ ਹਾਲ ਹੈ ਜਨਾਬ, ਉਹ ਠੀਕ ਹੋ ਰਹੀ ਹੋ ਅਤੇ ਵਾਰਸ ਭੱਟੀ ਗਰਜਾ, ਬਾਕੀ ਜਿਤਨੀ ਵੀ ਸਾਡੀ ਸੰਘੋ ਸਿਆਲੀ ਤਕਨੀ ਵੀ ਹੈ ਜੀ, ਜਿਤਨੇ ਵੀ ਦਤਕੋਤਰੇ ਸਾਡੇ ਤਕਨੀ ਕੋ ਲਾਈਵ ਜੇ ਆਇਆ ਤੂੰ ਬਿਸਮਿਲਾ ਵੈਲਕਮ ਆਖਣਾ ਜੀ, ਇਹ ਪ੍ਰੋਗਰਾਮ ਆ ਜੀ ਰਾਜਾ ਅਸਰਾਰ ਸਾਹਿਬ ਆਫਜਾ ਵਾ ਮਲਕ ਮਨੀਰ ਸਾਹਿਬ ਆਫ ਮਾੜੀ ਸਤਾਰ ਨਵਾਜ਼ ਨੌਵੀਂ ਆ ਜੀ ਦਤਪੋਤਰਾ ਸਾਡਾ ਕੋਟੇ ਵਾਲਾ ਮੇਰੀ ਤਰਫੋਂ ਸਾਡੀ ਪਾਰਟੀ ਦੀ ਤਰਫੋਂ ਮੇਰੇ ਭਾਈ ਰਾਜਾ ਸਰਾਬ ਸਾਹਿਬ ਇਹਨਾਂ ਦੀ ਤਰਫੋਂ ਸਾਰੇ ਸਾਹਿਬਾਨਾਂ ਦੀ ਖਿਦਮਤ ਅਸਲਾਮ ਵਾਲੇਕਮ ਮੇਰੇ ਤੋਂ ਕਬਲ ਮੇਰੇ ਭਾਈ ਨਿਆਜ ਸਾਹਿਬ ਨੇ ਦੱਸਿਆ ਬੜੀਆਂ ਪਿਆਰੀਆਂ ਗੱਲਾਂ ਪੇਸ਼ ਹੋਈਆਂ, ਜਨਾਬ ਕਿਬਲਾ ਮੇਰੀ ਮੁਰਾਦ ਅਤੇ ਸਰਦਾਰ ਹੁਸੈਨ ਮੁਹਤਾਜ ਨੇ ਵਸੀਮ ਸਜਾਦ ਗਿਆਨੀ ਸਾਹਿਬ ਬੜੇ ਪਿਆਰੇ ਅੰਦਾਜ਼ ਨਾਲ ਤੁਸੀਂ ਦੋਸਤਾਂ ਹੀ ਆਪਣੇ ਸ਼ਹਿਰਾਂ ਤੋਂ ਮਜ਼ਬੂਤ ਕੀਤਾ ਨੇ, ਔਰ ਮੇਰੇ ਭਾਈ ਮੇਰੇ ਭਾਈ ਕਾਬਲੇ ਸਾਡੇ ਤਰ੍ਹਾਂ ਰਾਜਾ ਨਵੀ ਦਾ ਜਮਜਾਨੀ ਸਾਹਿਬ ਸਲਾਨਾ ਉਰਸ ਮੁਬਾਰਕ ਹੈ ਬਾਬਾ ਫਕੀਰ ਬਾਦਸ਼ਾਹ ਸਰਕਾਰ ਦਾ, ਜਿਸ ਦੇ ਅੰਦਰ ਅਸਾਂ ਔਰ ਤੁਸਾਂ ਦੋਸਤ ਇਸ ਮੁਕਾਮ 'ਤੇ ਬੈਠੇ ਹੋਏ,
ਔਰ ਮੇਰੇ ਭਾਈ ਚੌਧਰੀ ਸ਼ਕੀਲ ਸਾਹਿਬ ਔਰ ਚੌਧਰੀ ਸਾਜਨ ਮਹਿਮੂਦ ਸਾਹਿਬ ਚੌਧਰੀ ਖਾਲਦੀ ਸਾਹਿਬ ਔਰ ਜਨਾਬ ਚੌਧਰੀ ਆਦਲ ਸਾਹਿਬ ਚੌਧਰੀ ਅਲੀ ਰਜ਼ਾ ਔਰ ਮੇਰੇ ਭਾਈ ਮਿਰਜ਼ਾ ਦੋਸਤ ਸਾਹਿਬ ਪੰਜਾਬ ਪੁਲਿਸ ਜਨਾਬ ਚੌਧਰੀ ਨਦੀਮ ਸਾਹਿਬ ਔਰ ਅਲਿਆਣੇ ਕੋਠਾ ਜਿਤਨੇ ਭਾਈ ਸਾਰਿਆਂ ਨੇ ਚਾਹਤ ਮੁਹੱਬਤ ਖਲੂਸ ਨਾਲ ਔਰ ਖੁਸ਼ੀ ਚਾਹਤ ਮੇਰੇ ਭਾਈ ਚੌਧਰੀ ਅਮਰ ਸਾਹਿਬ ਚੌਧਰੀ ਸ਼ਬੀਰ ਸਾਹਿਬ ਚੌਧਰੀ ਮੁਬਸ਼ਰ ਸਾਹਿਬ ਚੌਧਰੀ ਨਦੀਮ ਸਾਹਿਬ ਚੌਧਰੀ ਸਾਜਦ ਮਨਜ਼ੂਰ ਜਨਾਬ ਚੌਧਰੀ ਸ਼ਾਜ਼ੇਬ ਸਾਹਿਬ ਚੌਧਰੀ ਸੁਲੇਮਾਨ ਸਾਹਿਬ ਠੇਕੇਦਾਰ ਮੁਹੰਮਦ ਅਫਤਾਬ ਸਾਹਿਬ ਔਰ ਜਨਾਬ ਤਹਿਰ ਮੁਗਲ ਸਾਹਿਬ ਔਰ ਮੇਰੇ ਭਾਈ ਚੌਧਰੀ ਉਮਰ ਫਿਆਜ਼ ਸਾਹਿਬ ਮਲਕ ਫਾਤ ਔਰ ਫਾਦੀ ਔਰ ਸਾਡੇ ਭਾਈ ਅਹਿਮਦ ਰਾਠੌਰ ਸਾਹਿਬ ਸਾਡੇ ਬਦਲ ਵਿੱਚ ਮਹਿਮਾਨ ਖੁਸ਼ੀ ਸ਼ੇਰ ਖਾਨ ਅਜੀਜ਼ ਮਲੀਰ ਦੇ ਰਾਜਾ ਸਰਾਜ ਸਾਹਿਬ ਮੇਰੀ ਮੁਰਾਦ ਵਸੀਮ ਸਿਆਦ ਗਿਆਨੀ ਸਾਹਿਬ ਔਰ ਮੇਰੇ ਭਾਈ ਜਮੀਲ ਸ਼ੇਖ ਸਾਹਿਬ ਔਰ ਜਨਾਬ ਸੂਫੀ ਜ਼ਾਬਰ ਸਾਹਿਬ ਰਾਜਾ ਅਮਜਦ ਸਾਹਿਬ ਆਫ ਟੱਟੀ ਕਲਾਂ ਮਲਕ ਲਤੀਫ ਸਾਹਿਬ ਮਲਕ ਅਨੀਬ ਸਾਹਿਬ ਆਫ ਮੇਰਾ ਮੋੜਾ ਮਲਕ ਇਰਫਾਨ ਸਾਹਿਬ ਮਲਕ ਇਰਫਾਨ ਮਿੱਠੂ ਆਫ ਬੜੀ ਨਕਾ ਔਰ ਮਿਰਜ਼ਾ ਫਰਮ ਸਾਹਿਬ ਔਰ ਜਨਾਬ ਚੌਧਰੀ ਚੇਅਰਮੈਨ ਮਲਕ ਨੂਰ ਅਹਿਮਦ ਸਾਹਿਬ ਅਲ ਮਾਰੂਫ ਨੂਰੀ ਸ਼ੇਖ ਬਾਬਾ ਖਾਲਦ ਸਾਹਿਬ ਔਰ ਜਨਾਬ ਚੌਧਰੀ ਤਾਰਕ ਸਾਹਿਬ ਤੁਸੀਂ ਟਾਵਨ ਜਿਹੜਾ ਅੱਜ ਦੀ ਤਕਰੀਬ ਨਾਲ ਮੁਰੇਸ਼ੀ ਟੈਕ ਸਰਵਿਸ ਡੀ ਰੋਡ ਕੋਠਾ ਕਲਾਂ ਆਜੀ ਗੁਲਾਮ ਸਰਵਰ ਸਾਹਿਬ ਭਾਈ ਜਾਨ ਜ਼ਿਲ੍ਹਾ ਪਿੰਡੀ ਕੋਠਾ ਕਲਾਂ ਜੀ ਔਰ ਨਮਨ ਸਰਵਰ ਸਾਹਿਬ ਕਰੀਮ ਅੱਲਾ ਨੇ ਬੜਾ ਕਰਮ ਹੋਇਆ ਅਸਾਂ ਔਰ ਤੁਸਾਂ ਦੇ ਦਰਮਿਆਨ ਜਿਹੜਾ ਮਲਾਪ ਹੋਇਆ ਹੈ ਜੈਸਾ ਕਿ ਮੇਰੀ ਸਰਕਾਰ ਨੇ ਲਿਖਿਆ ਹੈ ਕਿ ਮੇਰੇ ਨਾਲੋਂ ਹਰ ਕੋਈ ਬਿਹਤਰ ਮੈਂ ਹਨੀ ਜਾ ਜਾਣਾ ਥੋੜਾ ਬਹੁਤਾ ਸ਼ੇਰ ਸੁਹਰ ਦਾ ਕਾਟਾ ਵਾਰਾ ਜਾ ਸਦਾ ਸਦਾ ਹੱਥ ਪਾਉਂਦਾ ਨਾ ਇਹ ਕਰਮਾਂ ਦਾ ਵੇਲਾ ਮੌਲਾ ਜਾਣੇ ਨਾਲ ਸਵਾਬ ਦੇ ਕਾਦੋ ਸੀ ਮੁਰ ਮੇਲਾ ਇਹ ਮੇਲਾ ਮੁਲਕਾਤ ਦੋਸਤੋ ਨੇ ਚਾਹਤਾ ਮੁਹੱਬਤਾਂ ਅਸਾਂ ਤੋਂ ਇੱਕ ਵਾਰ ਕੋਸ਼ਿਸ਼ ਕਰ ਸਕੇ ਜੋ ਗੁਜਾਂਡੇ ਆ ਅੱਛੇ ਤਰੀਕੇ ਨਾਲ ਪਿਆਰ ਨਾਲ ਮੁਹੱਬਤ ਨਾਲ ਖਲੂਸ ਨਾਲ ਤੁਸੀਂ ਸਭਾ ਨੇ ਰਾਜ਼ੀ ਕਰੀ ਹੈ ਤੁਸੀਂ ਕੋਸ਼ਿਸ਼ ਕਰਿਆ ਕਿ ਜਿੰਨੀ ਕੁਛ ਦੇਰ ਮਹਿਫਲ ਹੋਵੇ ਪਿਆਰ ਨਾਲ ਮੁਹੱਬਤ ਨਾਲ ਖਲੂਸ ਨਾਲ ਸੁਣੇ ਇੱਕ ਦਫ਼ਾ ਬਵਾਜ਼ੇ ਬਲੰਦ ਸਿੱਧਕੇ ਦਿਲ ਹਜ਼ੂਰ ਦਾ ਇਦਾਰੇ ਮਦੀਨਾ ਜਨਾਬੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਲੀ ਵਸੱਲਮ ਸਰਕਾਰ ਦੇ ਆਲਮ ਨੂੰ ਕਲਮਾ ਯਾਦ ਕਰੋ ਤਾਂ ਕਿ ਬਦਲ ਸ਼ੁਰੂ ਕਰੀਏ ਬਿਸਮਿਲ੍ਲਾਹਿ ਰਹਿਮਾਨ ਰਹੀਮ ਲਾ ਇਲਾਹਾ ਇਲੱਲਾਹੁ ਮੁਹੰਮਦ ਰਸੂਲ ਚੰਦ ਇੱਕ ਮਿੰਟ ਸਾਹ ਔਰ ਉਸ ਤੋਂ ਬਾਅਦ ਬਕਾਇਦਾ ਪਹਿਲੇ ਸ਼ਰਫਾਨੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ
ਵੀਰ ਵਾਹ ਵੀਰੋ।
ਰਾਜਾ ਇਮਰਾਨ ਐਡਵੋਕੇਟ ਉਹਨਾਂ ਨੇ ਅਮਰਾਜ ਜੀ ਦੇ ਦੋਸਤ ਸੁਣਾ ਦੀ ਤਸ਼ਰੀਫ ਹੈ ਵੈਲਕਮ ਆਸਾ ਔਰ ਇੰਤਜ਼ਾਮੀਆ ਨੇ ਦੁਆਤਰਿਆਂ ਦੋਸਤਾਂ ਦਾ ਛੋਟੀ ਜੀ ਗੁਜ਼ਾਰਿਸ਼ ਕਿ ਜਿਹੜੇ ਬੱਚੇ ਕੁਰਸੀਆਂ ਪਰ ਤਸ਼ਰੀਫ ਰੱਖਣੇ ਬਰਾਏ ਮਿਹਰਬਾਨੀ ਆਪ ਵੀ ਕੁਰਸੀਆਂ ਛੋੜ ਦਿਓ ਪਿੱਛੇ ਮਹਿਮਾਨ ਵੀ ਕਰਦੇ ਬਜ਼ੁਰਗ ਅਮਰਾਜ ਵੀ ਕਰਦੇ ਜਿਹੜੇ ਮਕਾਮੀ ਦੋਸਤ ਕੋਠਾ ਕਲਾਣ ਇੱਥੇ ਬੈਠੇ ਹੋ ਬੱਚੇ ਬਰਾਏ ਮਿਹਰਬਾਨੀ ਕੁਰਸੀਆਂ ਖਾਲੀ ਕਰੋ ਪਿੱਛੇ ਬਜ਼ੁਰਗ ਕਰਦੇ ਮਹਿਮਾਨ ਕਰਦੇ ਉਹਨਾਂ ਵਾਸਤੇ ਜਾ ਖਾਲੀ ਕਰ ਸਕੋ ਇੰਤਜ਼ਾਮੀਆ ਨੇ ਦੋ ਦੋਸਤ ਉਹਨਾਂ ਬੱਚਿਆਂ ਨੂੰ ਕੁਰਸੀਆਂ ਖਾਲੀ ਕਰਾਓ ਜੀ ਮਹਿਮਾਨਾਂ ਕੀ ਔਰ ਬਜ਼ੁਰਗਾਂ ਇੱਥੇ ਲਾ ਦਿਓ ਬਿਸਮਿਲ੍ਲਾ ਜੀ ਰਾਜਾ ਮਹਿਰਬਾਨੀ ਕਰੋ ਜੀ ਇਹ ਛੋਟੇ ਬੱਚੇ ਜਿਤਨੇ ਬੈਠੇ ਹੋ ਮਹਿਰਬਾਨੀ ਕਰੋ ਪਿੱਛੇ ਮਹਿਮਾਨ ਜਗਾ ਦਿਓ ਉਦੋਂ ਸ਼ਾਬਾਸ਼ ਸਾਰੇ ਬੱਚੇ ਮਾਸ਼ਾਅੱਲਾ ਪੜ੍ਹੇ ਲਿਖੇ ਬਜ਼ੁਰਗਾਂ ਵਾਸਤੇ ਜਾ ਆਪ ਛੋੜਦੇ ਸਨ ਸਾਰੇ ਬੱਚੇ ਸਕੂਲ ਪੜ੍ਹਨੇ ਉਸਤਾਦਾਂ ਦੀ ਗੱਲ ਮੰਨਦੇ ਔਰ ਬਜ਼ੁਰਗਾਂ ਦਾ ਇਤਰਾਮ ਵੀ ਕਰਦੇ ਬਜ਼ੁਰਗਾਂ ਵਾਸਤੇ ਜਾ ਛੋੜ ਦਿਓ ਮਿਹਰਬਾਨੀ ਕਰੋ ਇਸ ਸਾਈਡ ਉੱਪਰ ਵੀ ਇੰਤਜ਼ਾਮੀਆ ਨੇ ਦੋ ਦੋਸਤ ਉਹਨਾਂ ਬੱਚਿਆਂ ਨੂੰ ਕੁਰਸੀਆਂ ਦੀ ਲੋੜ ਪਿੱਛੇ ਬਜ਼ੁਰਗ ਖੜਦੇ ਮਹਿਮਾਨ ਖੜਦੇ ਉਹਨਾਂ ਵਾਸਤੇ ਜਾ ਖਾਲੀ ਕਰੋ ਮੈਂ ਰੰਜਮ ਜੀ ਆਉਣਾ ਕਦੋਂ ਤੱਕ ਯਾਦਾਂ ਪਰ ਸੋਜ ਰਹਿ ਸੁਣ ਗੱਲ ਅਦਲ ਇਨਸਾਫ ਦੀ ਯਾਰ ਚਾਹੀਏ ਘਰ ਆਇਆ ਭਾਵੇਂ ਹੋਵੇ ਦੁਸ਼ਮਣ ਅਰਗਜ਼ ਨਿਕਰਨੀ ਉਸ ਪਰ ਵਾਰ ਚਾਹੀਏ ਤੇ ਦਰ ਵਾਲਿਆਂ ਦੇ ਜਿਹੜੇ ਮਹਬੂਬ ਜਾਂਦੇ ਉਹਨਾਂ ਨਾਲ ਨਹੀਂ ਕਰਨੀ ਖਾਰ ਚਾਹੀਏ ਫਿਰ ਜ਼ਿੰਦਗੀ ਦੇ ਮੇਲੇ ਗੁਲਾਮ ਈਸਾ ਹੱਸ ਕੇ ਬੋਲਣਾ ਤੇ ਕਰਨਾ ਤੇ ਪੋਤਰਾ ਜੀ ਪਿਆਰ ਚਾਹੀਏ ਪਰੋਖ ਲਈ ਵਫਾ ਤੇਰੀ ਕੋਲੂ ਛੇੜ ਨਾ ਟਕੀ ਲਿਆ ਕਿਸੇ ਪੁਰਾਣਿਆਂ ਨੂੰ ਯਾਦ ਕਰ ਜਦੋਂ ਕਹਿਣਾ ਸੀ ਦੋਏ ਏਕਾਂ ਭੁੱਲਿਆ ਕਿਸ ਤਰ੍ਹਾਂ ਉਹਨਾਂ ਜ਼ਮਾਨਿਆਂ ਨੇ ਮੇਰੇ ਨਾਲ ਕੀਤੀ ਆਏ ਵਾਂਗ ਜੁਗਨੂੰ ਮਿਸਲ ਸ਼ਮਾ ਉਜਾਲੇ ਪਰਵਾਨਿਆਂ ਨੂੰ ਜ਼ਿੰਦਗੀ ਮੁਲਕ ਨੀ ਸਾਰੀ ਤਬਾਹ ਕਰਕੇ ਗਲੇ ਲਾ ਲਈ ਅੱਜ ਲੋਕਾਂ ਬਿਗਾਨੇ ਇਹ ਕੋਠਾ ਕਲਾਂ ਜ਼ਿਲ੍ਹਾ ਰਾਵਲਪਿੰਡੀ ਜੀ ਭਾਈ ਜਾਨ ਜਿਸ ਕੀ ਸਮਝੀ ਕਿਨੂੰ ਮੁਰਗਾ ਮੇਰਾ ਭਾਈ
ਸਭ ਤੋਂ ਪਹਿਲਾਂ ਮੇਰੇ ਤਰਫੋਂ ਤਮਾਮ ਸਭਾਨਾ ਜੀ ਅਸਲਾਮ ਅਲੈਕੁਮ ਵਰਹਮਤੁਲਾਹ ਵਬਰਕਾਤੁਹ। ਜਿਸ ਤਰ੍ਹਾਂ ਮੇਰੇ ਭਾਈ ਰਾਜਾ ਨਿਆਜ਼ ਜੋਸ਼ੀ ਸਾਹਿਬ ਦੱਸਿਆ, ਅੱਜ ਦੀ ਮਹਿਫਲ ਅੱਲਾ ਨੇ ਦੋਸਤ ਝੂਠੀ ਸ਼ਾਮਲੀਆਂ ਮੇਰੇ ਭਾਈ ਰਾਜਾ ਨਵੀਨ ਅਜਮ ਜਾਨੀ ਸਾਹਿਬ, ਚੌਧਰੀ ਸ਼ਬੀਰ ਸਾਹਿਬ, ਚੌਧਰੀ ਸਾਜਨ ਔਰ ਚੌਧਰੀ ਖਾਲਦੀ, ਚੌਧਰੀ ਆਦਰ ਸਾਹਿਬ ਔਰ ਚੌਧਰੀ ਅਲੀ ਰਜ਼ਾ। ਬਹੁਤ ਜਿੰਦਰਾਂ ਦੀ ਸਭਾ ਨਾ ਕਰਿਓ, ਵਧੀਆ ਦਾ ਦਰਦ ਹੈ, ਵਧੀਆ ਦੀ ਨਿਗਾਹ ਹੋਣੀ, ਜਿਸ ਰੰਗ ਵਿੱਚ ਮਨਾ ਜਾਣਾ ਤਾਂ ਹੀ ਮੰਨਿਆ ਜਾ ਸਕਦਾ। ਮੇਰੇ ਭਾਈ ਬਸੀਰ ਸਿਆਦ ਗਿਆਨੀ ਸਾਹਿਬ, ਮਲਕ ਲਤੀਫ ਬਰਾਪੋੜਾ, ਮਲਕ ਹਨੀਫ, ਦੀਗਰ ਜਿਤਨੇ ਵੀ ਸਭਾਨ ਸਾਰਿਆਂ ਨਾਂ ਦੀ ਰਫਤਾਰ ਸੁਸਨ ਰਾਜਾ ਰਣਜੀਤ ਅਜਮ ਗਿਆਨੀ ਸਾਹਿਬ ਦੇ ਤਰਫੋਂ ਸਾਡੀ ਤਰਫੋਂ ਗੱਲ ਕੰਮ ਖੁਸ਼ ਹੁੰਦੇ। ਬਸਮ ਜੀ ਮੌਜੂਦ ਮੇਰੇ ਭਾਈ ਜਨਾਬ ਅਵੈਸ ਪਠੀ ਸਾਹਿਬ, ਉਹਨੇ ਵੈਲਕਮ ਆਖਣਾ ਲਾਈਫ ਨਾਮ ਵਿੱਚ ਰਾਣੇ ਅਬਦੁਲ ਰਹਿਮਾਨ ਦਰਦਾਲਾ ਸਕਾਫਤ ਫੁੱਟਬਾਲ ਚੈਨਲ, ਆਪਣਾ ਕਸ਼ਮੀਰ ਫੁੱਟਬਾਲ ਦਾ ਟੀਵੀ ਰਕੇਮ ਸਾਊਂਡ ਦੀ ਪ੍ਰਫਰਾਸ਼ ਇਸਲਾਮਾਬਾਦ ਵੈਲਕਮ ਗਿਆਨੀ ਸਾਹਿਬ ਮੇਰੇ ਭਾਈ। ਬੜਾ ਪਹਿਲਾ ਸ਼ੇਰ ਪੇਸ਼ ਕੀਤਾ ਮਲਿਕ ਸਾਹਿਬ ਨੇ, ਰਾਜਾ ਖੁਰਸ਼ੀਦ ਮਬੂਬ ਸ਼ਾਰਕ, ਉਹਨਾਂ ਨੇ ਸ਼ੇਰ ਸੁਣ ਕੇ ਆਗਾਜ਼ ਕਰਨਾ ਆਵਾਜ਼ ਕਿਤੇ ਆਖਿਆ ਭਾਈ ਸਾਜ਼ੀਆ, ਓ ਸਾਜ਼ੀਆ ਛੇੜ ਕੋਈ ਸਾਜ਼ ਐਸਾ, ਅੱਛਾ
ਬੜੀ ਪਿਆਰੀ ਭਾਈ ਮੇਰੇ ਭਾਈ ਦੀ ਬੇਇੱਜ਼ਤੀ ਹੈ। ਦੀਵਾਨ ਇੱਕ ਮਕਾਮ ਤੇ ਲਿਖਿਆ ਸਾਥੀ।
ਨਾਕਾਰ ਨਾਕਾਰ ਗਿਆਨੀ ਸਾਹਿਬ ਫਜ਼ਲ ਦਾ ਕਿਆ ਕਿਆ ਪਜ਼ੀਰ ਸਾਊਦੀ ਅਰਬ ਅੱਜ ਜਨਾਬ ਸਾਜੀ ਕਿਆ ਪਜ਼ੀਰ ਸਾਊਦੀ ਅਰਬ ਬਲਕ ਸਾਹਿਬ ਸਾਹਿਬ ਗੁਮਰ ਮੌਸਮ ਗਿਆਨੀ ਸਾਹਿਬ ਲਾਈਫ ਨਾਲ ਸੋਨਾ ਸਾਊਦੀ ਅਰਬ ਨੂੰ ਸਜਣ ਇਹਨਾਂ ਨੇ ਚਾਹਤਾ ਇੱਕ ਸ਼ੇਰ ਇਰਤਜਾਇਆ ਮੇਰੇ ਸ਼ਰਨਾ ਔਰ ਬਜ਼ੁਰਗ ਮੌਜੂਦ ਸੂਫੀ ਜਾਬਰ ਸਾਹਿਬ ਔਰ ਮੇਰੇ ਭਾਈ ਵਸੀਮ ਸਾਦਿਆਨੀ ਸਾਹਿਬ ਰਾਜਾ ਸਾਜਦ ਸਾਹਿਬ ਦਾ ਗੀਤਰਾਨ ਅਦਲਤ ਮਲਕ ਹਨੀਫ ਨਾਰਾ ਮੋੜਾ ਔਰ ਮੇਰੇ ਭਾਈ ਆਵਾਜ਼ ਪੱਟੀ ਸਾਹਿਬ ਸ਼ਰਮਾਏ ਅਸਮਾਏ
ਸਾਹਿਬ ਚੌਧਰੀ ਮਿੱਠੂ ਸਾਹਿਬ ਜੀ ਔਰ ਰਾਜਾ ਰਣਜੀਤ ਪੰਜਮ ਜਾਨੀ ਸਾਹਿਬ ਦਾ ਹੋਵੇਗਾ। ਮੈਂ ਤੇਰੀਆਂ ਤੂੰ
ਵਿਚ ਕਰੇ ਤਵਾ ਫਿਰ ਜੀ ਰਾਜੀ ਵੋ ਮਿੱਠੇ ਗੀਤ ਪ੍ਰੀਤ ਦੇ ਗਾਵਦੀ ਜਦਿਆਂ ਕਦਮਾਂ ਦਿਖਾ ਕਿਨੂੰ ਨਬੀ ਤਰਸ ਹਲੀਮਾ ਨੇ ਤਾਜਦਾਰੇ ਅੰਬੀਆਂ ਨੂੰ ਗੋਦ ਲਿਆ ਹੈ। ਹਲੀਮਾ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ, ਅਰਸ਼ੇ ਮੁਹੱਲਾ ਨੇ ਉੱਤੇ ਖੁਸ਼ੀਆਂ ਦਾ ਸਮਾਂ ਪੈਦਾ ਹੋ ਗਿਆ। ਹਲੀਮਾ ਫਰਮਾਉਂਦੀਆਂ ਕਿ ਆਖੇ ਹਲੀਮਾ ਹੋਇਆ ਕਮਾਲੇ, ਆਖੇ ਹਲੀਮਾ ਹੋਇਆ ਕਮਾਲੇ, ਜਦ ਬੁੱਲੀ ਕੋਈ ਨਹੀਂ ਹੋ ਬਿਲਿਆ ਲਾਲੇ, ਜਦ ਬੁੱਲੀ ਕੋਈ ਨਹੀਂ ਹੋ ਬਿਲਿਆ ਲਾਲੇ, ਜਿਹੜਾ ਸਭ ਕੁਛ ਸੋੜਾਏ ਉਹਨੂੰ ਲੈ ਕੇ ਆਈ ਆ, ਉਹਨੂੰ ਲੈ ਕੇ ਆਈ ਆ। Oh,
ਸੱਲੱਲਾਹੁ ਅਲੈਹਿ ਵਾਲਿ ਵਸੱਲਮ ਮੁਤਾਬਿਕ ਰਾਜਾ ਸਾਦ ਸਾਹਿਬ ਖਾਨਪੁਰ ਦਾ ਤਲਕ ਔਰ ਚੌਧਰੀ ਨੁਮਾਨ ਫੈਸਲ ਕੁਰੈਸ਼ੀ ਉਮੈਰ ਔਰ ਮੇਰਾ ਮੁਰਸ਼ਦ ਸੈਯਦ ਤਨਵੀਰ ਹੁਸੈਨ ਸ਼ਾਹ ਸਾਹਿਬ ਖਾਨਪੁਰ ਵਾਲੇ ਮਸਜਿਦਾਂ ਦਾ ਤਲਕ ਆ ਇਹਨਾਂ ਨੇ ਚਾਹਤ ਚੰਦ ਬੋਲ ਰਹੇ ਹਾਂ ਨਾਦਰਾ ਪੇਸ਼ ਕਰਨਾ ਰਾਜਾ ਅਜ਼ਰ ਮਹਿਮੂਦ ਫਜ਼ਲ ਸਾਹਿਬ ਲਿਖਿਆ ਸ਼ੇਰ ਔਰ ਚੰਦ ਬੋਲ ਨਾਦ ਰਹੇ ਹਾਂ ਖਾਨਪੁਰ ਵਾਲੇ ਸਾਰੇ ਸਾਹਿਬਾਂ ਨੂੰ ਚਾਹਤ ਮੁਤਾਬਕ ਗੁਜ਼ਾਰ ਦਵਾ ਮੈਂ ਬਾਤੀ ਨਦੀਆਂ ਗਲੀਆਂ।
ਬਖਸ਼ ਸਿੰਘ ਤਰਵੀਰ ਹਸਨ ਸ਼ਾਹ ਸਾਹਿਬ, ਫੈਸਲ ਕੇਸ਼ੀ ਸਾਹਿਬ ਔਰ ਉਮੈਰ ਸਾਹਿਬ ਜਿਹਨਾਂ ਸਿੰਘਾਂ ਨੇ ਆਪਦਾ ਦੁਬਾਰਾ ਵਾਪਸ ਬੁਲਾਇਆ। ਫੁੱਲ ਮੀਟ ਦੀ ਇੱਛਾ ਜ਼ਿਆਦਾ ਚੱਜ ਰਹੀ ਹੈ।
ਕਬਰੀ ਵਾਲਾ ਆ ਗਿਆ, ਅਰਸੂ ਉਜਾਲਾ ਹੋ ਗਿਆ, ਕੁਫਰੇ ਸ਼ਿਰਕਣਾ ਦੌਰ ਖਤਮ ਹੋ ਗਿਆ। ਪਾਕ ਦਾ ਵੀ ਨਿਯਮ ਲਿਖਿਆ ਆ ਗਏ ਸਰ ਬਿਸਮਿਲ੍ਲਾ ਕਰਾ, ਆ ਗਏ ਸਰ ਘਰ ਮੈਂ ਬਿਸਮਿਲ੍ਲਾ ਕਰਾ, ਬਿਸਮਿਲ੍ਲਾ ਕਰਾ ਜੀ ਬਿਸਮਿਲ੍ਲਾ ਕਰਾ, ਨਬੀਆਂ ਦੇ ਸਰ ਘਰ ਮੈਂ ਬਿਸਮਿਲ੍ਲਾ ਕਰਾ, ਨਬੀਆਂ ਦੇ ਸਰ ਘਰ ਮੈਂ ਬਿਸਮਿਲ੍ਲਾ ਕਰਾ। Thank you.
ਬਾਰੇ ਬਾਰਾ ਜੋਗਾ ਥਿਆ ਹੀ ਨਹੀਂ ਇਹ ਤੂੰ ਕਦੇ ਗਿੱਟੇ ਕੀ ਗੱਜ ਕਰ ਜਾਦਾ ਨਵਾਂ ਵਾਸਾ ਨਹੀਂ ਕਰ ਲੈ ਬਾਹਰ ਜੋ ਚ ਮਾਨ ਗਿਆ ਇਹ ਖਾਣਾ ਪੀਣਾ ਠੀਕ ਆ ਮਾਸ਼ਾਅੱਲਾ ਬਸ ਕਿਦਾ ਖਾਣਾ ਪੀਣਾ ਮਾੜੇ ਯਾਰ ਖਾਣਾ ਪੀਣਾ ਹੈ ਤਾਂ ਸਿੱਕਾ ਠੀਕ ਹੈ ਜੀ ਇਹ ਵਾ ਨਹੀਂ ਕਾਟੀ ਠੀਕ ਹੈ ਬਰਗਰ ਸ਼ਰਗਰ ਖਾਇਆ ਕਰ ਦੱਸਦਾ ਤੂੰ ਬਰਗਰ ਬੱਚਾ ਕਰ ਜਾ ਯਾਰ ਰੋਟੀਆਂ ਸੇੜ ਕੇ ਚੱਲਣਾ ਜਾਂਦੀ ਇਹਦਾ ਵੀ ਟਾਈਮ ਨਹੀਂ ਆ ਤੇ ਆਪ ਤੇ ਸਾਰਾ ਕੰਮ ਜਾਣ ਲਾ ਮੈਡੀਕਲ ਵਾਲਾ ਬੈਠੇ ਸਾਹਮਣੇ ਬੀਪੀ ਮਾਲੀ ਚੈੱਕ ਕਰਾਉਣੀ ਸ਼ੂਗਰ ਚੈੱਕ ਕਰਾਉਣੀ ਜਾਣਨਾ ਆਪਾਂ ਸੰਗੀ ਆ ਲਾਲਿਆ ਮੁਕਸਰ ਹਮਦ ਬਰਦਲਾ ਦਾਦੇ ਸਰਦੋਜ਼ਾਂ ਦੇ ਬਾਅਦ ਮੁਹੰਮਦ ਬਾਸ਼ਰ ਦਾ ਨਾਰਾ ਖੜੀ ਸਿਖਾਰ ਜਨ ਦਾ ਨਾਮ ਆਦਿ ਕਰਨੇ ਆ ਸਾਡੇ ਬਾਬਾ ਬੱਚਨ ਅੱਜ ਦੇ ਮਹਿਮਾਨ ਖਸੂਸੀ ਜਨਾਬ ਚੇਅਰਮੈਨ ਮਲਕ ਨੂਰ ਅਹਿਮਦ ਅਲ ਮਾਰੂਫ ਬਹੁਤ ਤਸ਼ੀ ਫਰਮਾਏ ਅਸਾਬ ਤਰਫੋ ਔਰ ਰਾਜਾ ਸਾਜਦ ਸਾਹਿਬ ਔਰ ਨਵੀਦ ਅਜਮ ਜਾਨੀ ਸਾਹਿਬ ਤਰਫੋਂ ਵੈਲਕਮ ਖੁਸ਼ ਅਮਦੇਦ ਜਨਾਬ ਚੇਅਰਮੈਨ ਮਲਕ ਨੂਰ ਅਹਿਮਦ ਅਲ ਮਾਰੂਫ ਨੂਰੀ ਮੀਆਂ ਮੁਹੰਮਦ ਬਾਸ਼ਰ ਅਬਦੁੱਲਾ ਅਫਗਾਨੀ ਸਰਕਾਰ ਦੇ ਚੰਦ ਕਲਮਾਤ ਮਾਦਾ ਮੋਸ਼ਨ ਦੀ ਪੇਸ਼ ਕਰਨੇ ਆ ਦਰ
ਕਰਮ ਕਮਾਦੇ ਆਇਓ ਤੋ ਅਜੇ ਇਸ਼ਕ ਨਾ ਮੋਲਾ ਪਈਆ ਮੋ
ਨੱਚਣਾ ਪੈਦਾ ਏ ਸਾਹਮਣੇ
ਹੋਵੇ ਯਾਰ ਤਾਂ ਨੱਚਣਾ ਪੈਂਦਾ ਏ, ਹੋਵੇ ਯਾਰ ਤਾਂ ਨੱਚਣਾ ਪੈਂਦਾ ਏ, ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ, ਓਵੀ ਨਾਚ ਲਾਵੀ ਥੋੜ੍ਹਾ ਜਿਹਾ ਪੇਸ਼ ਕਰ ਰਿਹਾ
ਕਰ ਵਿੱਚੋ ਉਤਰੇ ਮਦਨੀ ਬਰਸਾ ਯਾਰ ਸਿੱਧਾ ਚੱਲ ਬੋਲ ਪੇਸ਼ ਕਰਦੇ ਹਾਂ ਸਾਡਾ ਕਰੀ ਦੇ ਪੱਥੇ ਨੂੰ ਕੱਢ ਬਣ ਦੇ ਸੀ
ਬਿਸਮਿਲਾ ਜੀ ਜਿਦਨੇ ਦਤਪੋਤਰੇ ਪੇ ਤਕੜੇ ਹੋ ਲਾਈ ਸਾਰਿਆਂ ਕੇ ਬਿਸਮਿਲਾ ਵੈਲਕਮ ਜੀ। ਇਹ ਮਹਿਫਲ ਹੋਣੀ ਵੀ ਹੈ ਦਤਪੋਤਰਾ ਜੀ ਕੋਠਾ ਕਲਾਂ ਜ਼ਿਲ੍ਹਾ ਪਿੰਡੀ ਕਚਹਿਰੀ ਕੋਲ ਦਤਪੋਤਰਾ ਜੀ ਆਉਣਾ ਕਿਵੇਂ ਵਿਛੋੜੇ ਨੂੰ ਸਹਿ ਗਏ ਹਾਂ ਇੱਕ ਪਲ ਵਿਛੋੜਾ ਨਾ ਸਹਿਣ ਵਾਲਿਆ ਕਿਵੇਂ ਬਜ਼ਮ ਵਗੈਰਾ ਨਹੀਂ ਸਜਾਈ ਤੂਨੇ ਸਦਾ ਨਾਲ ਮੇਰੇ ਉੱਠਣ ਬਹਿਣ ਵਾਲਿਆ ਅੱਜ ਦੁੱਖਾਂ ਨੇ ਜਾਲ ਵਿੱਚ ਆਣ ਫਸਿਆ ਹੈ ਸਦਾ ਸੁੱਖ ਦਾ ਨਾਮ ਨਾ ਲੈਣ ਵਾਲਿਆ ਮਾਧਰੂ ਜੀ ਅੱਜ ਦੁੱਖਾਂ ਨੇ ਜਾਲ ਵਿੱਚ ਆਣ ਫਸਿਆ ਸਦਾ ਦੁੱਖ ਦਾ ਨਾਮ ਨਾ ਲੈਣ ਵਾਲਿਆ ਸ਼ਰ ਤੋੜੀ ਗੁਮਨਾਮ ਨੂੰ ਭੁਲਸੇ ਨਾ ਚੰਨਾ ਮੇਰੇ ਆ ਪਰਦੇਸ ਵਿੱਚ ਰਹਿਣ ਵਾਲੇ ਅਣ ਭਾਈ ਭਾਈ ਤੇ ਪੁੱਤਰ ਪਿਓ ਨਾਲੋਂ ਘਰ ਦਿੰਦਾ ਏ ਜ਼ਾਲਮ ਜੁਦਾ ਪੈਸਾ ਜੀਣ ਮਰਨ ਕਿਹੜਾ ਉਹਨਾਂ ਬੰਦਿਆਂ ਦਾ ਜਿਨ੍ਹਾਂ ਸਮਝ ਲਿਆ ਜੀਣ ਮਦਾ ਪੈਸਾ ਕਰਦੇ ਨਿਤ ਤਦਬੀਰ ਤਕਦੀਰ ਰਹਿੰਦੇ ਮੰਗਦੇ ਵਿੱਚ ਨਮਾਜ਼ ਦਵਾ ਪੈਸਾ ਅੰਧੇ ਵਿੱਚ ਦੁਨੀਆਂ ਕਈਆਂ ਬੰਦਿਆਂ ਦਾ ਗੋ ਖੁਦਾ ਨਹੀਂ ਹੈ ਪਰ ਖੁਦਾ ਪੈਸਾ ਮੈਂ ਅਰਜੀ ਆਣਾ ਦੇ ਕੇ ਦਿਲ ਤੇ ਦਿਲ ਖਰੀਦਣੇ ਲਈ ਅਟੀ ਦਰਦ ਪਿਆਰ ਦੀ ਪਾ ਲਈਏ ਲੈ ਕੇ ਮਹਿੰਗਾ ਵੇਚਣਾ ਬਹੁਤ ਸਸਤਾ ਜੇ ਤੋਫੀਕ ਤੇ ਪੰਡ ਉਠਾ ਲਈਏ ਪੱਕਾ ਚੁੱਕਾ ਨਹੀਂ ਬਚਦਾ ਯਾਰ ਪੱਲੇ ਆਪਣਾ ਆਪ ਤਮਾਸ਼ਾ ਬਣਾ ਲਈਏ ਅਨਫੀ ਨਿਰਾ ਨੁਕਸਾਨ ਜੇ ਖਾਏ ਵਾਰਾ ਨੈਣ ਕਿਸੇ ਦੇ ਨਾਲ ਮਿਲਾ ਲਈ ਬੱਪਾ ਸ਼ਫਾ ਸੀ ਨਾ ਜੀ ਗ
ਗਰਮੀ ਲਈ ਪੱਖੀ ਵਾਲਾ ਇਸੇ ਮਾਰੂ ਹੈ ਨਾ ਜੀ ਅੱਲਾ ਜਾਣਾ ਹੁਣ ਕਿਹੜਾ ਦਦ ਪੋਤਰਾ ਸਾਡਾ ਬੜਾ ਚੰਗਾ ਭਰਾ ਵਾ ਜੀ ਮਲੁਕ ਸੁਣ ਛਾਛ ਨਾਲ ਤਲੁਕ ਆ ਅੱਗੇ ਇੱਕ ਇੰਨਾ ਸ਼ੇਰ ਵੀ ਪੜਿਆ ਸੀ ਭਾਈ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਹੈ ਇੱਕ ਸਪੈਸ਼ਲ ਸ਼ੇਰ ਉਸ ਭਰਾ ਨੂੰ ਨਜ਼ਰ ਹੈ ਮਲੁਕ ਸੁਣ ਅਲੀ ਆਫ ਛਾਛ ਅਣਾ ਤੱਕ ਕੇ ਆਸ਼ਕਾਂ ਨੂੰ ਨਾ ਬਾਣਾ ਸ਼ੱਕ ਇਸ ਇਸ਼ਕ ਨਾ ਮੱਚ ਬੜੇ ਦੂਰ ਹੈ ਤੱਕ ਕੇ ਆਸ਼ਕਾਂ ਨੂੰ ਨਾ ਬਾਣਾ ਸ਼ੱਕ ਇਸ ਇਸ਼ਕ ਨਾ ਮੱਚ ਬੜੇ ਦੂਰ ਹੈ ਇਸ ਰਾਹ ਵਿੱਚ ਹਮੇਸ਼ ਧੋਖਾ ਝੂਠ ਰਿਹਾ ਤੂੰ ਲੋੜੇ ਸੱਚ ਤੇ ਸੱਚ ਬੜੇ ਦੂਰ ਹੈ ਬੋਲੇ ਸ਼ਾਹ ਜਾ ਕੇ ਵਿੱਚ ਕਸੂਰ ਨੱਚਿਆ ਜੇ ਉਹ ਕਰੇ ਨੱਚ ਤੇ ਨੱਚ ਬੜੇ ਦੂਰ ਹੈ ਮਲ ਲੈ ਮੇਰੀ ਤੇ ਦਰਦਾਲ ਆਵਾਜ਼ ਆ ਜਾ ਤੂੰ ਕਰਨੇ ਛੱਚ ਛੱਚ ਤੇ ਛੱਚ ਬੜੇ ਦੂਰ ਹੈ ਰਾਜਾ ਉਜ਼ੈਰ ਜੀ ਤੁਸੀਂ ਭਰਾ ਹਰੀ ਸਲਾਮ ਫਿਰ ਦੇਣੇ ਜੀ ਅਸਾਂ ਤਾਂ ਚੀਫ ਆਰਗਨਾਈਜ਼ਰ ਤੁਹਾਡੀਆਂ ਅੱਖਾਂ ਕਿਆ ਵੀ ਇੱਦਾਂ ਦੇ ਪੋਤਰੇ ਚਰਬੀ ਆਈ ਗਈ ਸਾਡੇ ਭਾਈ ਰਾਜਾ ਨੇ ਵੀ ਦੰਜਮ ਜਾਣੀ ਰਹੀ ਲਿਖਣਿਆਂ ਨੂੰ ਭਾਈ ਦੱਸਿਆ ਫਾਲ ਨੇ ਜੂਮੀ ਨੇ ਪਾ ਕੇ ਤੇ ਆਣੇ ਦੱਸਿਆ ਫਾਲ ਨੇ ਜੂਮੀ ਨੇ ਪਾ ਕੇ ਤੇ ਪੁੱਠੀ ਲੇਖਾਂ ਨੀ ਲੇਖ ਹਬੀਬ ਦਿਸਦੀ ਮੈਰ ਜੀ ਗੌਰ ਕਰਿਆ ਏ ਬਈ ਦੱਸਿਆ ਫਾਲ ਨੇ ਜੂਮੀ ਨੇ ਪਾ ਕੇ ਤੇ ਪੁੱਠੀ ਲੇਖਾਂ ਨੀ ਲੇਖ ਹਬੀਬ ਦਿਸਦੀ ਤਬਾ ਵੇਖ ਤਬੀਅਤ ਨੇ ਆ ਮਾਰੀ ਨਬਜ਼ ਚੱਲਦੀ ਰੁਕਦੀ ਅਜੀਬ ਦਿਸਦੀ ਦੱਸਿਆ ਪੀਰਾਂ ਫਕੀਰਾਂ ਨੇ ਫਿਰ ਮੈਨੂੰ ਮੰਜ਼ਿਲ ਦੂਰ ਨਾ ਬਹੁਤੀ ਕਰੀਬ ਦਿਸਦੀ ਕਿਸੇ ਦੱਸਿਆ ਨਾ ਮੈਨੂੰ ਇਹ ਸਾਫ ਜਾਣੀ ਉਹ ਬਦ ਨਸੀਬੀ ਵਿੱਚ ਤੇਰੇ ਨਸੀਬ ਦਿਸਦੀ ਛੋੜ ਗਿਆ ਮੇਰਾ ਦਿਲਦਾਰ ਮੈਨੂੰ ਇਹ ਅਲਫਾਜ਼ ਅੱਜ ਮੇਰੇ ਰਕੀਬ ਦੇ ਨੇ ਇਹੋ ਮੇਰਾ ਵੀ ਗਿਲਾ ਸੀ ਕੱਲ੍ਹ ਤੋੜੀ ਇਹ ਅਸਾਨ ਅਜ਼ੀਮ ਹਬੀਬ ਦੇ ਨੇ ਇੱਕ ਮੈਨੂੰ ਨਿੱਕਿਆਂ ਨੂੰ ਰੋਲ ਸੱਟਿਆ ਕਿਸੇ ਦੂਰ ਦਰਾੜੇ ਗਰੀਬ ਦੇ ਨੇ ਸ਼ਿਕਵਾ ਵੈਰਾ ਤੇ ਪਲਕ ਫਜ਼ੂਲ ਮੇਰਾ ਉਹ ਸਾਰੇ ਫੈਸਲੇ ਮੇਰੇ ਨਸੀਬ ਦੇ ਨੇ ਆਣਾ ਛੋੜ ਗਿਆ ਮੈਨੂੰ ਤੱਕ ਵਿੱਚ ਗੁਰਬੋ ਜਿਸਨੂੰ ਦਿਲ ਮੈਂ ਆਪਣਾ ਪਿਆਰਾ ਦਿੱਤਾ ਖਾ ਕੇ ਕਸਮਾਂ ਤੋੜਨ ਬਾਣ ਦੀਆਂ ਮੈਨੂੰ ਦੁੱਖ ਸਾਰ ਇੱਕ ਨਿਆਰਾ ਦਿੱਤਾ ਤੇ ਵਾਦਾ ਇੱਕ ਨਾ ਕੀਤਾ ਵਫਾ ਸੋਹਣੇ ਕਦਮ ਕਦਮ ਤੇ ਜਿਸ ਨੂੰ ਮੈਂ ਸਹਾਰਾ ਦਿੱਤਾ ਆਖਰ ਬਣਿਆ ਨਾ ਮੇਰਾ ਹਮਦਰਦ ਸਾਜਿਦ ਜਿਸ ਨੂੰ ਖੂਨ ਨਿਚੋੜ ਕੇ ਸਹਾਰਾ ਦਿੱਤਾ ਸਾਰਾ ਦਿੱਤ ਪੋਤਰਾ ਆ ਰਿਹਾ ਜੀ ਰਾਜਾ ਨਾਸੁਰ ਨਸੀਰ ਆਫ ਢੱਕੀ ਕਲਾਂ ਬਸ ਜੀ ਤਾਂ ਸਾਡੇ ਤੇ ਜੁਰਮਾਨਾ ਹੀ ਬਾਰਾ ਲੈ ਆ ਕੇ ਆ ਰਿਹਾ ਹਾਂ ਆਇਆ ਲੇਟ ਹੀ ਆ ਹੁਣ ਬਾਕੀ ਗੱਲਾਂ ਟੱਕੀ ਵਾਲਾ ਸੁਣਾ ਸੀ ਤੁਸਾਂ ਕੀ ਨਾਲ ਮਾੜਾ ਵੀ ਰਗੜਾ ਹੋ ਤੁਹਾਡੇ ਸੀ ਰਾਜਾ ਇਨਾਮ ਟੱਕੀ ਤੇ ਰਾਜਾ ਨਾਸਰ ਨਸੀਰ ਆਫ ਟੱਕੀ ਬੱਚਿਆਂ ਦਿਤ ਪੋਤਰਾ ਕਲਾਵਾ ਲਾਣਾ ਪਿਆ ਸੀ ਦਿਤ ਪੋਤਰਾ ਜੀ
ਬਿਸਮਿਲਾ ਕਰਾਂ ਲੋਕ ਕਾਟੂ ਛੱਡੇ ਚਲੇ ਕਿਆ ਜੀ ਪੜੀ ਕੇ ਸਰ ਵੱਖੋ ਸਾਡਾ ਦੁੱਧ ਪੋਤਰਾ ਰਾਜਾ ਨਾਸੁਰ ਨਸੀਰ ਆਫ ਢੱਕੀ ਵਾਲਾ ਆ ਗਿਆ ਜੀ ਮੈਦਾਨ ਚੋ ਅੱਲਾ ਖੈਰ ਉਹ ਦੁੱਧ ਪੋਤਰਾ ਜੀ ਸ਼ੇਰ ਬੜਾ ਲੰਮਾ ਵਾ ਸੋਲਾ ਕਲੀਆ ਵਾ ਪਰ ਚਲੋ ਕੋਸ਼ਿਸ਼ ਕਰਨੇ ਜੇ ਤੋੜ ਚੜੀ ਗਿਆ ਤੇ ਅਸੀਂ ਨਹੀਂ ਸੱਟਨੇ ਆ ਭਰਾ ਬੜਾ ਚੰਗਾ ਹੋ ਸਕਦਾ ਨਾ ਨਹੀਂ ਹੋਣੀ ਚੌਧਰੀ ਬਬਲੂ ਦਰਗਾਲਾ ਜ਼ਿਲ੍ਹਾ ਇਸਲਾਮਾਬਾਦ ਪੱਕਾ ਯਾਰਾਨਾ ਮਲੋ ਕਸਮ ਅਲੀ ਅਫਛਾ ਚ ਆਣਾ ਦਿਲ ਵਿੱਚ ਐਸੀ ਮਹਬੂਬ ਨੀ ਚਾਹ ਹੋ ਜਾਏ ਬਦਨ ਸੜ ਕੇ ਸਾਰਾ ਸਵਾਹ ਹੋ ਜਾਏ ਜ਼ਿੰਦਗੀ ਬੇਲੀਆਂ ਵਿੱਚ ਤਬਾਹ ਹੋ ਜਾਏ ਤਾਂ ਫਿਰ ਆਸ਼ਕ ਸਦਾਨ ਦਾ ਪਤਾ ਲੱਗਦਾ ਡੇਰੇ ਵਿੱਚ ਪਰਦੇਸਾਂ ਜਮਾ ਲਈਏ ਹਾਲਤ ਵਾਂਗ ਪਾਗਲਾ ਬਣਾ ਲਈਏ ਝਾੜੂ ਕਸ਼ ਬੰਨ ਟੋਕਰੀ ਚਾਹ ਲਈਏ ਤਾਂ ਫਿਰ ਇਸ਼ਕ ਕਮਾਨ ਦਾ ਪਤਾ ਲੱਗਦਾ ਜਾਂਦ ਜਾਂਦੀ ਤੇ ਜਾਏ ਬੇ ਜਾਏ ਭਾਵੇਂ ਇਸ਼ਕ ਜ਼ਿੰਦਿਓਂ ਚੋਣੀ ਲਵਾਏ ਭਾਵੇਂ ਪਿੱਛੇ ਹਟੀਏ ਨਾ ਸੀਸ ਕਵਾਏ ਭਾਵੇਂ ਤਾਂ ਫਿਰ ਕੋਲ ਨਿਭਾਉਣ ਦਾ ਪਤਾ ਲੱਗ ਚੱਲਿਆ ਰੂਹ ਬਰੂ ਬੈਠੇ ਚੰਨ ਹੋਣ ਚਿਮਟੇ ਹੱਥਾਂ ਤੇ ਮੁੰਦਰਾਂ ਕੰਨ ਹੋਣ ਘੁੰਗਰੂ ਪੈਰਾਂ ਵਿੱਚ ਕਰਦੇ ਛੰਨ ਛੰਨ ਹੋਣ ਤਾਂ ਫਿਰ ਉੱਥੇ ਸਰ ਜਾਣ ਦਾ ਪਤਾ ਆਪਦੀ ਤਰਫੋਂ ਔਰ ਰਾਜਾ ਅਬੀਦ ਅਜਮ ਜਾਨੀ ਸਾਹਿਬ ਦੀ ਤਰਫੋਂ ਰਾਜਾ ਸਾਜਾ ਸਾਹਿਬ ਦੀ ਤਰਫੋਂ ਔਰ ਚੰਦ ਸ਼ੇਰ ਸਬਾਨਾ ਦੀ ਸ਼ਾਹਦ ਚੌਧਰੀ ਤਾਰਕ ਗੁਦਰ ਸਾਹਿਬ ਵਾਲਾ ਮੌਜੂਦ ਮੇਰੇ ਭਾਈ ਜਵੀਰ ਗਿਆਨੀ ਸਾਹਿਬ ਦੇ ਦੋਸਤ ਇਹਨਾਂ ਦੀ ਸ਼ਾਹਦ ਔਰ ਲਾਈਫ ਪ੍ਰਾਪਤ ਆਪਣੇ ਹਾਜੀ ਸਾਹਿਬ ਸਾਜੀ ਨਗਰ ਲੱਗ ਬਲਾਗ ਇਤਸ਼ਾਮ ਸਾਹਿਬ ਔਰ ਸ਼ਫੀਕ ਸੱਤੀ ਸਾਹਿਬ ਰਾਜਾ
ਅਨਵੀਕ ਅੰਜਮ ਜਾਨੀ ਸਾਹਿਬ ਲਿਖਿਆ ਸ਼ੇਰ ਨਸਲਾਂ ਦੀ ਚਾਹ ਆਵਾਜ਼ ਵਧੀਆ ਆਖਿਆ ਗਿਆ ਨਕਰ ਨਕਰ ਸਾਜਨ ਦੀ ਖਾਈ ਕਸਮੇ ਆਏ ਉਸ ਸ਼ਮਾ ਪਰਵਾਨੇ ਕੀ ਯਾਦ ਆਏਗੀ ਖਿਆਲ ਮੈਂ ਲਾਓ ਤੋ ਸਹੀ ਮੁਝੇ ਖੂਬ ਰੁਲਾਨੇ ਕੀ ਯਾਦ ਆਏਗੀ ਲੇਕਿਨ ਆਖਤ ਹੈ ਕੁਝ ਇਸ ਤਰੀਕੇ ਨਾਲ ਆਵਾਜ਼ ਵੀ ਆਖਿਆ ਕਿ ਚਾਦਰਾ ਲੇਖਰ ਬਾਈ ਨੂੰ ਪੇਸ਼ ਕਰਨਾ ਆ
ਮਲਕ ਸਮੀ ਸੈਯਦ ਸਜਾਦ ਹੁਸੈਨ ਸ਼ਾਹ ਸਾਹਿਬ ਇਹਨਾਂ ਬਾਰੇ ਨਹੀਂ ਨਜ਼ਰ
ਪੱਕਾ ਯਾਰਾਨਾ ਜੀ ਮਲਕ ਸਮੀ ਸੈਯਦ ਸਜਾਦ ਸਰਖਾ ਸਾਹਿਬ ਚੌਧਰੀ ਯੂਨਸ ਸਾਹਿਬ ਕੋਠਾ ਕਲਾ ਮਲਕ ਸਨੀ ਔਰਗਾਨ ਅਬਦੁੱਲਾ ਖੁਸਾਈ ਸਾਵਰ ਗਰੁੱਪ ਮਲਕ ਫੈਸਲ ਸਾਹਿਬ ਇਹਨਾਂ ਸਾਰਿਆਂ ਭਾਈਆਂ ਦੀ ਜਾਨ ਬਹੁਤ ਹੈ ਬੜੀ ਪਿਆਰੀ ਰਵਾਈ ਪੇਸ਼ ਹੋਈ ਹੈ ਖੁਸ਼ੀ ਨਾਲ ਸਨ ਬੁਲਬੁਲ ਤੇ ਪੋਰੀਆ ਦੇ ਖੁਸ਼ੀ ਨਾਲ ਸਨ ਬੁਲਬੁਲ ਤੇ ਪੋਰੀਆ ਦੇ ਭਵੇਂ ਬਸਰ ਸਿੰਗਾਰਾ ਦੇ ਵਿੱਚ ਆਵਾਜ਼ ਕੀ ਆਖਿਆ
ਆ ਜਾ ਆ ਗਾ ਬੱਲੇ 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 ਮਲਕ ਉਸਮਾਨ ਸਾਹਿਬ, ਮੀਆਂ ਕਾਸ਼ਿਫ ਸਾਹਿਬ, ਮਲਕ ਅਸਦ ਔਰ ਚੌਧਰੀ ਮੁਖਤਾਰ ਉਫਗਾਫਾ ਔਰ ਚੌਧਰੀ ਸ਼ਹੀਦ ਸਾਹਿਬ, ਮਲਕ ਅਲਤਾਫ, ਰਾਜਾ ਅਬਾਦਤ ਗੋਲਡਮਨਾ ਤਲਕ, ਰਾਜਾ ਤਾਰਗਰਬਾਨੀ ਔਰ ਰਾਜਾ ਹਬੀਬ, ਮਲਕ ਜਗੀਰ ਸਾਹਿਬ, ਇਹਨਾਂ ਸਾਰਿਆਂ ਸੱਜਣਾਂ ਦੀ ਚਾਹਤ ਹੈ। ਮਾਸਟਰ ਨਿਸਾਰ ਸਰਕਾਰ ਲਿਖਿਆ ਸ਼ੇਰ ਸੁਸਨ ਮੇਰੇ ਭਾਈ ਸਰਕਾਰ ਅਫਤਾਬ ਫਖਰ ਕਰਨਖਲ ਓਲਡਮ ਯੂਕੇ ਵਿੱਚ ਲਾਈਵ ਵਾਪਸ ਸੁਣਨੇ ਔਰ ਮੇਰੇ ਭਾਈ ਅਮਰ ਕਿਆਨੀ ਸਾਹਿਬ ਜਾਂ ਬਜ਼ੀਰ ਸਾਊਦੀ ਅਰਬ ਰਾਜਾ ਸ਼ੌਕਤ ਸਾਹਿਬ। ਮਾਸਟਰ ਨਿਸਾਰ ਸਰਕਾਰ ਲਿਖਿਆ ਸ਼ੇਰ ਆਵਾਜ਼ ਵੀ ਆਖਿਆ ਗਏ ਚੌਥਾ
ਸਾਰੀ ਬਿਜਲੀ ਚਲੀ ਗਈ ਸੀ। ਸਕਾਫਤੇ ਪਠਵਾਰ ਚੈਨਲ, ਮੇਰੇ ਭਾਈ ਅਬਦੁਲ ਰਹਿਮਾਨ ਦਰਦਾਨਾ ਔਰ ਮੇਰੇ ਭਾਈ ਰਾਜਨਾਸਰ ਮਹਿਮੂਦ ਸਾਹਿਬ ਖਬਰੇ ਡੱਕੀ, ਬਾਬਾ ਦਰਫਾਨ ਮਿੱਠੂ ਭਾਈ ਡੱਕੇ ਦਾ ਪੱਲਾ, ਔਰ ਮੇਰੇ ਭਾਈ ਰਾਜਾ ਨਵੀ ਦਾ ਜਮਜਾਨੀ ਸਾਹਿਬ, ਰਾਜਾ ਨਾਸਰ ਨਸੀਰ ਸਾਹਿਬ, ਰਾਜਾ ਇਨਾਮ ਸਾਹਿਬ ਵੀ ਨਹੀਂ ਚਾਹਦਾ ਔਰ ਲਾਈਫ ਨਾ ਬਚਾਉਣਾ, ਜਨਾਬ ਚੌਧਰੀ ਅਮਜਦ ਸਾਹਿਬ ਰਹਿਦਰਾ, ਤੋਕੀਰ ਗਿਆਨੀ ਸਾਹਿਬ ਔਰ ਮੇਰੇ ਭਾਈ ਰਾਜਾ ਇਫਤਖਾਰ ਸਾਹਿਬ ਬਲੈਕਬਰਨ ਔਰ ਚੌਧਰੀ ਅਨਸਰ ਫੁੱਟੋ ਸਾਹਿਬ, ਇਹਨਾਂ ਸਾਰਿਆਂ ਸੱਜਣਾਂ ਦੀ ਸ਼ਹਾਦਤ ਖੁਸ਼ਕਿਸਮਤ ਰਾਜਾ ਨਾਸਰ ਨਸੀਰ ਸਾਹਿਬ ਔਰ ਰਾਜਾ ਇਨਾਮ ਸਾਹਿਬ, ਰਾਜਾ ਵਸੀਮ ਸਜਾਦ ਗਿਆਨੀ ਸਾਹਿਬ ਰਾਵਟ ਪਿੰਡੀ ਨਾ ਤਲਕ, ਉਹਨਾਂ ਨੇ ਲਿਖਿਆ ਇੱਕ ਐਠਾ
ਇਹਨਾਂ ਦੀ ਚਾਹਤ ਮੈਂ ਕੋਸ਼ਿਸ਼ ਕਰਨਾ
ਨਹੀਂ ਨਹੀਂ ਨਾਸਰ ਕੀ ਪੜਵਾ ਹੈਲੋ ਹਾਂਜੀ ਮੈਂ ਮੁਰਗਾ ਮੈਂ ਨਾਮਾ ਘਰੇ ਵੀ ਇਕੱਲੀ ਅਸੀਂ ਨਹਾਇਤ ਮਸ਼ਕੂਰ ਆਪਣੇ ਵੱਡੇ ਭਾਈ ਜਨਾਬ ਰਾਜਾ ਨਵੀਦ ਰੰਜਨ ਜਾਨੀ ਸਾਹਿਬ ਨਾਲ ਜਿਨ੍ਹਾਂ ਹੁਕਮ ਕੀਤਾ ਨੇੜਾ ਕਰੋ ਮੂਹੇ ਨੇ।